ਹਾਂਜੀ ਸਟਾਰ ਪਿਛਲੇ 2 ਸਾਲ ਬੜੇ ਤਣਾਅ ਅਤੇ ਚਿੰਤਾ ਵਿੱਚ ਗੁਜ਼ਰੇ ਹਨ ਕਰੋਨਾ ਨੇ ਸਾਰਿਆਂ ਦੀ ਜ਼ਿੰਦਗੀ ਵਿੱਚ ਉਤਨ-ਪੁਤਨ ਮਚਾ ਦਿੱਤੀ ਸੀ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਸੀ ਕਰੋਨਾ ਦੇ ਜਾਨ ਤੋਂ ਭੱਗ ਬੜੀ ਮੁਸ਼ਕਲ ਨਾਲ ਸਾਰੀਆਂ ਜ਼ਿੰਦਗੀਆਂ ਸੰਭਲੀਆਂ ਸਨ ਹੁਣ ਸਭ ਕੁਝ ਪਹਿਲਾ ਵਾਰ ਹੋ ਗਿਆ ਹੈ ਡੰਡ ਇਸ ਤੋਂ ਬਾਅਦ ਹੁਣ ਕਰੋਨਾ ਦਾ ਨਵਾਂ ਵੈਰੀਐਂਟ ਆ ਗਿਆ ਹੈ ਜਿਸ ਨੂੰ XBB ਕਿਹਾ ਜਾ ਰਿਹਾ ਹੈ ਇਹ ਕਰੋਨਾ ਅਤੇ ਓਮਨੀ ਕਰੋਨ ਨਾਲੋਂ ਵੀ ਖਤਰਨਾਕ ਹੈ ਬਰਤਾਨੀਆ ਅਮਰੀਕਾ ਸਿੰਗਾਪੁਰ ਅਤੇ ਚੀਨ ਵਿੱਚ ਇਸ ਨੇ ਆਪਣਾ ਪਸਾਰਾ ਸ਼ੁਰੂ ਕਰ ਦਿੱਤਾ ਹੈ ਸਿੰਗਾਪੁਰ ਵਿੱਚ ਰੋਜ਼ ਨਵੇਂ-ਨਵੇਂ ਮਾਮਲੇ ਸਾਹਮਣੇ ਆ ਰਹੇ ਹਨ ਚੀਨ ਵਿੱਚ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮਨਾ ਕਰ ਦਿੱਤਾ ਗਿਆ ਹੈ ਭਾਰਤ ਵਿੱਚ ਤਿਉਹਾਰਾਂ ਦਾ ਸਮਾਂ ਚੱਲ ਰਿਹਾ ਹੈ ਲੋਕ ਤਿਉਹਾਰਾਂ ਦੀ ਤਿਆਰੀ ਵਿੱਚ ਝੁਟੇ ਹੋਏ ਹਨ ਪਰ ਕੋਈ ਵੀ احتیاط ਨਹੀਂ ਵਰਤ ਰਿਹਾ ਹੈ ਕੋਈ ਵੀ ਮਾਸਕ ਦੀ ਵਰਤੋਂ ਨਹੀਂ ਕਰ ਰਿਹਾ ਜੇ ਹੁਣ ਤੋਂ ਹੀ ਸਾਂਭ ਸੰਭਾਲ ਨਾ ਕੀਤੀ ਗਈ ਤਾਂ ਇਹ ਵੈਰੀਐਂਟ ਬਹੁਤ ਹੀ ਖਤਰਨਾਕ ਸਾਬਤ ਹੋ ਸਕਦਾ ਹੈ ਦੇਸ਼ ਦੇ ਕੁਝ ਰਾਜ ਕੇਰਲ ਅਤੇ ਮਹਾਰਾਸ਼ਟਰ ਵਿੱਚ ਇਸ ਦੇ ਕੁਝ ਮਰੀਜ਼ ਵੀ ਮਿਲ ਰਹੇ ਹਨ ਇਸ ਕਰਕੇ ਸਾਰਿਆਂ ਨੂੰ ਇਸ ਬਿਮਾਰੀ ਤੋਂ ਬਚਣ ਲਈ ਪਰਹੇਜ਼ ਕਰਨਾ ਚਾਹੀਦਾ ਹੈ ਘਰ ਵਿੱਚੋਂ ਬਾਹਰ ਨਿਕਲਣ ਤੋਂ ਪਹਿਲਾਂ ਬਾਜ਼ਾਰਾਂ ਤੱਕ ਪਹੁੰਚਣ ਲਈ ਆਪਣੀ ਸੁਰੱਖਿਆ ਕਰ ਲੈਣੀ ਚਾਹੀਦੀ ਹੈ ਟੈਂਡ ਪੈਰਾ ਉੱਜੇਮੇ ਕੇ ਅਸੀਂ ਸਾਰੇ ਭਲੀ ਭਾਤ ਜਾਣਦੇ ਹਾਂ ਕਿ ਭਾਰਤ ਆਬਾਦੀ ਪੱਖੋਂ ਪੂਰੀ ਦੁਨੀਆ ਵਿੱਚ ਦੂਜੇ ਸਥਾਨ ਤੇ ਹੈ ਅਤੇ ਪੰਜਾਬ ਇਸ ਦੇਸ਼ ਦਾ ਸਭ ਤੋਂ ਵੱਧ ਵਿਕਸਿਤ ਖੇਤੀ ਪ੍ਰਧਾਨ ਸੂਬਾ ਹੈ ਪਰ ਅੱਜ ਪੰਜਾਬ ਵਿੱਚ ਅਨੇਕਾ ਗਿਰਾਵਟਾਂ ਆ ਚੁੱਕੀਆਂ ਹਨ ਪੰਜਾਬ ਦੀ ਨੌਜਵਾਨ ਪੀੜੀ ਬੇਰੁਸ ਗਰੀਤੇ ਕਾਰਨ ਵਿਦੇਸ਼ਾਂ ਵਿੱਚ ਜਾ ਕੇ ਵਸਨ ਲੱਗ ਪਈ ਹੈ ਪੰਜਾਬ ਵਿੱਚ ਬਹੁਤ ਹੀ ਥਾਮਤੀ ਗੈਂਗਸਟਰਵਾਦ ਨੇ ਜਨਮ ਲੈ ਲਿਆ ਹੈ ਅੱਜਕਲ ਬਹੁਤ ਸਾਰੇ ਨੌਜਵਾਨ ਇਨ੍ਹਾਂ ਡੈਂਗਾਂ ਵਿੱਚ ਸ਼ਾਮਿਲ ਹੋ ਕੇ ਅਪਰਾਧ ਕਰਦੇ ਹਨ ਇਸ ਦੇ ਇਲਾਵਾ ਪੰਜਾਬ ਵਿੱਚ ਨਸ਼ਿਆਂ ਨੇ ਵੀ ਪੰਜਾਬ ਦੇ ਨੌਜਵਾਨ ਪੀੜੀ ਨੂੰ ਆਪਣੀ ਗ੍ਰਸਥ ਵਿੱਚ ਲੈ ਲਿਆ ਹੈ ਦੰ ਸ਼ਰਮ ਤੇ ਅਫਸੋਸ ਦੀ ਗੱਲ ਤਾਂ ਇਹ ਹੈ ਕਿ ਪਹਿਲਾਂ ਨਸ਼ਾ ਕੇਵਲ ਨੌਜਵਾਨਾਂ ਦੁਆਰਾ ਹੀ ਕੀਤਾ ਜਾਂਦਾ ਸੀ ਪਰ ਅੱਜ ਤਾਂ ਕੁੜੀਆਂ ਵੀ ਇਸ ਕੰਮ ਵਿੱਚ ਬਰਾਬਰ ਦੀਆਂ ਜ਼ਿੰਮੇਵਾਰ ਹਨ ਸੋਸ਼ਲ ਮੀਡੀਆ ਤੇ ਉਹਨਾਂ ਬੇਸ਼ੱਕ ਸਾਡੇ ਰੋਜ਼ ਦੇ ਕੰਮਾਂ ਵਿੱਚ ਸੌਖ ਮਿਲੀ ਹੈ ਪਰ ਇਸ ਦੇ ਨਾਲ ਹੀ ਅੱਜ ਕੱਲ੍ਹ ਦੇ ਨੌਜਵਾਨਾਂ ਕੋਲ ਆਪਣੇ ਪਰਿਵਾਰ ਲਈ ਸਮਾਂ ਹੀ ਨਹੀਂ ਬਚਿਆ ਡੰਡ ਇਹਨਾਂ ਸਭ ਹਾਲਾਤਾਂ ਤੇ ਕਾਬੂ ਨਾ ਪਾਇਆ ਗਿਆ ਤਾਂ ਪੰਜਾਬ ਵਿੱਚ ਰਹੇ ਰਹੇ ਲੋਕਾਂ ਨੂੰ ਇਹਨਾਂ ਦੇ ਬਹੁਤ ਮਾੜੇ ਪ੍ਰਭਾਵ ਪੁਗਤਣੇ ਪੈਣਗੇ ਨੌਜਵਾਨ ਪੀੜ੍ਹੀ ਨੂੰ ਚਾਹੀਦਾ ਹੈ ਕਿ ਉਹ ਆਪਣੇ ਫਰਜ਼ਾ ਪ੍ਰਤੀ ਸੁਚੇਤ ਹੋਵੇ ਤਾਂ ਜੋ ਪੰਜਾਬ ਨੂੰ ਫਿਰ ਤੋਂ ਸੋਨੇ ਦੀ ਛਿੜੀ ਬਣਾਇਆ ਜਾ ਸਕੇ ਸਟਾਪ